धरती ते जायो ते नेमे बहादुर भैणो सचमुच तुसी अपने मां धरती दी गोदी राखी कीती है ओदे प्यार दी तुसी हाकमां दे उस हल्ले दा एक मोड़वा जवाब दिता है कि जिदे को तुहाडी मां खोण जा रहे सी तुहाडे बच्चा दी रोटी खोण जा रहे सी छोटे इस नौ महीना दे दो दिन ने उह शक्तियां नंगियां कीतियां ने जिहड़ियां पर्दे दे पिछे बैठियां चालां ते पॉलिसियां बना रहियां सी तुसी कारपोरेट घराणा ने उह दुकानां बंद कीतियां ने जिहड़ा दिन दिहाड़े लोकां दियां जेबां कटदियां सी तुसी दस्सिया तुसी शिनाख्त कीती है उन्हां आग्यां दी शिनाख्त कीती है जिन्हां आग्यां दी राखी मोदी हुकूमत दे कानून करदे ने उह चाहे शिलो गोदाम होवे ਉਹ ਚਾਹੇ ਵੱਡੇ ਵੱਡੇ ਮਾਲ ਹੋਣ ਉਹ ਚਾਹੇ ਟੋਲ ਪਲਾਜ਼ੇ ਹੋਣ ਚਾਹੇ ਰਿਲਾਇੰਸ ਦੇ ਪੰਪ ਹੋਣ ਇਹ ਰਾਖੀ ਕਰਦਿਆਂ ਤੁਸੀਂ ਆਪਣੀ ਵਿਰਾਸਤ ਨੂੰ ਪਛਾਣਿਆ ਤੇ ਪੰਜਾਬ ਦੇ ਵਿੱਚੋਂ ਪੰਜਾਬ ਦੇ ਲੋਕਾਂ ਦੀ ਆਵਾਜ਼ ਉੱਠੀ ਹੈ ਇਕਜੁੱਟ ਹੋਈ ਹੈ ਤੇ ਇਕਜੁੱਟ ਹੋਈ ਹਾਕਮਾਂ ਨੂੰ ਇਹ जुड़े हुए सिर कदे नहीं भौंदे हुंदे दोस्तों आ जदों सिर जुड़ के यह मूवमेंट उठी तां इस मूवमेंट दे विच जदों दिल्ली दा ऐलान हो गया भी दिल्ली घेरनी है उदों एक चिंगारी छड़ी है विच हाकमां ने जिहड़ा बार बार सवाल करदा मीडिया भी 26 दी घटना की वापरी है 26 ਦੀ ਘਟਨਾ ਕੋਈ ਜਾਣ ਤੱਕ ਬਾਕੀ ਹੋਈ ਘਟਨਾ ਨਹੀਂ ਹੈ ਉਹ ਇੱਕ ਸਕੀਮ ਸੀ ਇੱਕ ਪਲਾਨ ਸੀ ਉਹਦੇ ਵਿੱਚ ਇੱਕ ਗਰੁੱਪ ਸੀ ਇੱਕ ਫੜਾ ਸੀ ਜਿਹੜਾ ਹਾਕਮਾਂ ਦੇ ਕਹਿਣੇ ਤੇ ਕੰਮ ਕਰਦਾ ਸੀ ਜਿਹਦਾ ਆਪਣਾ ਵੱਖਰਾ ਪ੍ਰੋਗਰਾਮ ਸੀ ਜਿਹੜਾ ਵੱਧ ਅਧਿਕਾਰਾਂ ਦੀ ਗੱਲ ਕਰਦਾ ਸੀ ਜਿਹੜਾ ਅਨੰਦਪੁਰ ਸਾਹਿਬ ਦੇ ਮੁੱਦੇ ਦੀ ਗੱਲ ਕਰਦਾ ਸੀ ਜਿਹੜਾ ਖਾਲਿਸਤਾਨ ਦੀ ਗੱਲ ਕਰਦਾ ਸੀ ਉਹ ਗਰੁੱਪ ਸੀਗਾ ਉਹ ਬਕਾਇਦਾ ਉਸੇ ਦਿਨ ਤੋਂ ਐਕਟਿਵ ਹੈ ਜਦੋਂ ਕਿਸਾਨ ਜਥੇਬੰਦੀਆਂ ਦੀਆਂ ਐਕਟਿਵ ਹੋਈਆਂ ਨੇ ਉਹ ਬਕਾਇਦਾ ਉਸੇ ਦਿਨ ਤੋਂ ਵੱਖਰੀ ਸਟੇਜ ਸੀ ਉਹਦੀ ਉਹਦੀ ਵੱਖਰੀ ਲੈਨ ਸੀ ਉਹਦਾ ਵੱਖਰਾ ਪ੍ਰੋਗਰਾਮ ਸੀ ਉਹ 26 ਨਵੰਬਰ ਤੋਂ ਵੀ ਸ਼ੁਰੂ ਹੋਇਆ ਉਸੇ ਦੇ ਨਾਕੇ ਤੋੜੇ ਨੇ ਸਾਰੇ ਕਿਸਾਨ ਜਥੇਬੰਦੀਆਂ ਦਾ ਕੋਈ ਪ੍ਰੋਗਰਾਮ ਸੀ 26 ਤੋਂ ਗਾਹਾਂ ਨੇ ਆਉਣ ਦਾ ਇੱਕ ਵਾਰੀ ਜਦੋਂ ਪੁਲਿਸ ਨੇ ਰੋਕ ਲਏ ਉੱਥੇ ਇਕੱਠੇ ਹੋਣ ਦਾ ਸਾਰਿਆਂ ਦਾ ਸੀ ਪਰ 26 ਨਵੰਬਰ ਨੂੰ ਜਿਹੜੇ ਨਾਕੇ ਤੋੜੇ ਨੇ ਉਸ ਗਰੁੱਪ ਨੇ ਕਿਹਾ ਮੈਂ ਇਤਰਾਨ ਮਾਨ ਬੋਲਦਾ ਸੁਣਿਆ ਸਟੇਜ ਤੋਂ ਕਿਸਾਨ ਜਥੇਬੰਦੀਆਂ ਨੂੰ ਕਾਲਾ ਕੱਢਦਾ ਵੀ ਸੁਣਿਆ ਕਿ ਤੁਹਾਨੂੰ ਦਿੱਲੀ ਲੈ ਕੇ ਆਉਣ ਵਾਲੇ ਅਸੀਂ ਹਾਂ ਹੁਣ ਤੁਹਾਨੂੰ ਦਿੱਲੀ ਲਿਆਂਦਾ ਹੁਣ ਤੁਸੀਂ ਸਾਨੂੰ ਐ ਕਹਿੰਦੇ ਹੋ ਇੱਕ ਸਟੇਜ ਤੋਂ 25 ਤਰੀਕ ਨੂੰ ਬੋਲਿਆ ਜਥੇਬੰਦੀਆਂ ਨੇ ਫੈਸਲਾ ਕੀਤਾ ਵੀ ਟਰੈਕਟਰ ਤੇ 3 ਬੰਦੇ ਹੋਣਗੇ ਇੱਕ ਬੰਦਾ ਸਟੇਜ ਤੋਂ ਬੋਲਦਾ ਸੁਣਿਆ 25 ਤਰੀਕ ਨੂੰ ਕਿ ਮੈਂ ਆਪਣੇ ਟਰੈਕਟਰ ਤੇ 5 ਬੰਦੇ ਬਿਠਾਊਗਾ ਕਿਹੜਾ ਸਾਰਾ ਹੁੰਦਾ ਜਿਹੜਾ ਮੇਰੇ ਟਰੈਕਟਰ ਦੇ ਉੱਤੇ 5 ਬੰਦਿਆਂ ਨੂੰ ਬੈਠਣ ਦੋ ਇਹ ਜਥੇਬੰਦੀਆਂ ਦੀ ਹੇਜ ਦੀ ਗੱਲ ਸੀ ਬਾਈ ਇਹ ਜਥੇਬੰਦੀਆਂ ਨੇ ਕਿਰੂਕਤਾ ਦੀ ਗੱਲ ਸੀ ਮੈਂ ਰਿੰਗ ਰੋਡ ਤੇ ਜਾਊਂਗਾ ਮੈਂ ਲਾਲ ਕਿਲ੍ਹੇ ਤੇ ਜਾਊਂਗਾ ਮੈਂ ਵਿਧਾਨ ਸਭਾ ਦੇ ਵਿੱਚ ਜਾਊਂਗਾ ਇਹ ਜਥੇਬੰਦੀਆਂ ਦਾ ਪ੍ਰੋਗਰਾਮ ਸੀ ਬਾਈ ਇਹ ਜਥੇਬੰਦੀਆਂ ਨੇ ਦਿੱਤਾ ਸੀ ਪ੍ਰੋਗਰਾਮ ਜਿਹੜੇ ਕਹਿੰਦੇ ਨੇ ਅਸੀਂ ਤਾਂ ਕਿਸਾਨਾਂ ਦੇ ਲੀਡਰਾਂ ਦੀ ਇੱਜ਼ਤ ਕਰਦੇ ਹਾਂ ਅਸੀਂ ਕਿਸਾਨ ਜਥੇਬੰਦੀਆਂ ਨੂੰ ਸੁਣਦੇ ਹੋਏ ਲੀਡਰਾਂ ਦੇ ਮਗਰ ਚੱਲਦੇ ਹਾਂ ਇਹ ਮਗਰ ਚੱਲਣ ਦੀ ਗੱਲ ਸੀ ਬਾਈ ਇਹ ਮਗਰਾਂ ਇਸ ਸਾਡੇ ਹੋ ਸਾਰੀਆਂ ਜਥੇਬੰਦੀਆਂ ਨੇ ਫੈਸਲਾ ਕਰ ਲਿਆ ਉਹ ਗਲਤ ਹੋ ਗਿਆ ਜਾਂ ਠੀਕ ਹੋ ਗਿਆ ਰਿੰਗ ਰੋਡ ਨਹੀਂ ਮਿਲੀ ਜਿੱਧਰ ਨੂੰ ਮਾਰਚ ਕੀਤਾ ਉਧਰ ਨੂੰ ਅਸੀਂ ਮਾਰਚ ਕੀਤਾ ਜਿੱਧਰ ਨੂੰ ਸਰਕਾਰ ਦੇ ਤੋੜੇ ਅਸੀਂ ਜਾਣ ਨੂੰ ਤਿਆਰ ਹੋਏ ਅਸੀਂ ਤੁਹਾਨੂੰ ਬਚਾਉਣ ਦੀ ਖਾਤਰ ਅਸੀਂ ਧੀਆਂ ਪੁੱਤਾਂ ਨੂੰ ਬਰਾਉਣ ਦੀ ਖਾਤਰ ਤਾਂ ਨਹੀਂ ਲੈ ਕੇ ਗਏ ਜੀ ਅਸੀਂ ਤੁਹਾਡਾ ਕਤਲ ਕਰਾਉਣ ਵਾਸਤੇ ਦਿੱਲੀ ਨਹੀਂ ਲੈ ਕੇ ਗਏ ਅਸੀਂ ਆਪਦੇ ਬੱਚਿਆਂ ਦੀ ਰੋਟੀ ਦੀ ਖਾਤਰ ਦਿੱਲੀ ਲੈ ਕੇ ਗਏ ਹਾਂ ਅਸੀਂ ਉਹ ਫਾਸ਼ੀਵਾਦੀ ਹਕੂਮਤ ਨੂੰ ਇਹ ਮੌਕਾ ਦੇ ਦਈਏ ਵੀ ਸਾਡੇ ਬੱਚਿਆਂ ਨੇ ਸਿੱਧੀਆਂ ਗੋਲੀਆਂ ਮਾਰਦੇ ਇਹਨਾਂ ਨੂੰ ਖਾਲਸਾ ਨਹੀਂ ਮਿਲ ਜਾਏਗੇ ਇਹਨਾਂ ਨੂੰ ਨਕਸਲਵਾਦੀ ਕਹਿ ਕੇ ਤੂੰ ਗੋਲੀਆਂ ਮਾਰਦੇ ਦੇ ਦਈਏ ਮੌਕਾ
ਸਿਰਫ ਪੁੱਤ ਨੂੰ ਅਸੀਂ ਇਹ ਕਰ ਦਈਏ ਸਰ ਦੋਨਾਂ ਨੂੰ ਫੇਰ ਕਹਿ ਦਈਏ ਵੀ ਇਹ ਅਨਪੜ੍ਹ ਲੱਗ ਸਕਦੀ ਨੇ ਕਹਿ ਦਈਏ ਵੀ ਇਹ ਖਾਲਿਸਤਾਨੀ ਨੇ ਕਹਿ ਦਈਏ ਵੀ ਇਹ ਅਕਾਲ ਰਸਤੇ ਬੈਠੇ ਹੋਏ ਨੇ ਸਾਡੀਆਂ ਫੇਰ ਪਈ ਬੋਲੋ ਅਸੀਂ ਦੇਖਣਾ ਭੁੱਲ ਦਿੱਤੇ ਹਾਂ ਅਸੀਂ ਭੁੱਲ ਲੈਣੇ ਹਾਂ ਸਾਨੂੰ ਲੜਨਾ ਤਰੀਕਾ ਕਰ ਹੈ ਫੇਰ ਉਹ ਸ਼ਕਤੀ ਨੇ ਬਾਈ ਆਪਣੀ ਮਨਮਰਜ਼ੀ ਕੀਤੀ ਉਹਦੇ ਵਿੱਚ ਤੁਹਾਡੇ ਵਿੱਚੋਂ ਬਹੁਤ ਹਿੱਸਾ ਗਿਆ ਆਪਣਾ ਗੱਭਰੂ ਵੀ ਸਾਡੇ ਗਏ ਨੇ ਕਹਿੰਦੇ ਗੱਭਰੂਆਂ ਨੂੰ ਲੜਾਈ ਚੰਗੀ ਲੱਗਦੀ ਹੈ ਗੱਭਰੂਆਂ ਨੂੰ ਲਾਲ ਕਿਲੇ ਦੇ ਝੰਡਾ ਚਾੜਨਾ ਚੰਗਾ ਲੱਗਦਾ ਗੱਭਰੂ ਨੂੰ ਵਿਧਾਨ ਸਭਾ ਨੂੰ ਘੇਰਨਾ ਚੰਗਾ ਲੱਗਦਾ ਦਿੱਲੀ ਦੀਆਂ ਸੜਕਾਂ ਤੇ ਭੌਂ ਪਾਉਣਾ ਗੱਭਰੂ ਨੂੰ ਚੰਗਾ ਲੱਗਦਾ ਹੈ ਦਿੱਲੀ ਦੀ ਟਾਈਟਲ ਸਾਡੇ ਤੇ ਸੜਕਾਂ ਲਿਆਉਂਦੇ ਇਹ ਲੋਕਾਂ ਨੂੰ ਚੰਗਾ ਲੱਗਦਾ ਹੈ ਲਾਲ ਕਿਲਾ ਢਾਹ ਕੇ ਲੋਕਾਂ ਨੂੰ ਚੰਗਾ ਲੱਗਦਾ ਹੈ ਇਹ ਗੱਲਾਂ ਭਾਵਕ ਨੇ ਇਹ ਸਮਾਜਿਕ ਗੱਲਾਂ ਨੇ ਇਹ ਜਜ਼ਬਾਤੀ ਗੱਲਾਂ ਨੇ ਇਹ ਲੜਨ ਦੇ ਤਰੀਕੇ ਕਾਰ ਨਹੀਂ ਹੈ ਦੋਸਤੋ ਦਿੱਲੀ ਦੀਆਂ ਗੱਲਾਂ ਸਾਡਾ ਕੋਈ ਰੌਲਾ ਨਹੀਂ ਦਿੱਲੀ ਦੇ ਲੋਕਾਂ ਨਾਲ ਸਾਡਾ ਕੋਈ ਰੌਲਾ ਨਹੀਂ ਲਾਲ ਕਿਲੇ ਦੇ ਝੰਡਾ ਚਾੜਨ ਨਾਲ ਕਾਨੂੰਨ ਨਹੀਂ ਵਾਪਸ ਹੁੰਦੇ ਦੋਸਤੋ ਇਹ ਲੜਾਈ ਹੈ ਇਹ ਲੜਾਈ ਹੋਈ ਹੈ ਇਹ ਫਿਰਕੂ ਹਕੂਮਤ ਨੂੰ ਬੜਾ ਮੌਕਾ ਮਿਲਿਆ ਉਸੇ ਵੇਲੇ ਸਾਡੇ ਤੇ ਹਮਲੇ ਹੋਏ ਉਸੇ ਵੇਲੇ ਸਾਡੇ ਤੇ ਅਟੈਕ ਹੋਏ ਸਾਡੇ ਨੌਜਵਾਨਾਂ ਨੂੰ ਕਤਲੂਆਂ ਨੂੰ जिन्हें माड़ा मोटा क्रास कर दी उन्होंने भी चाके लै गए ते 47 या 200 बंदा 300 बंदा के परचे दर्ज कर दिए आ सारे आगुआ के परचे दर्ज ने आ खत्ती मिली है सानू लाल किले झंडा चढ़ दी तिरंगे भी बेअर्दी होगी और कोई बेअर्दी तिरंगे की नहीं हुई और झंडा चाड़न कोई झंडे की तिरंगे की बेअर्दी नहीं हुई उसे कोई एहजा भी नहीं है कि वह देश धरोई का काम किया उन्होंने वो ठीक है उन्होंने गलती हुई है वो नौजवान है ना पंजाब से पर हुकूमत चल जाएंगे वो हुकूमत के कहन मुताब चले जब हुकूमत राह दे रही है जब पुलिस नाके लाके सानू सड़क वाले पास रोक रही है उन्होंने समझ नहीं आया भी लाल किले के गण तक देश दे जिथे चिड़ी नहीं फरकती उथे सानू जाण दा किवें मौका मिल गया उथे पुलिस किवें खड़ी है ते झंडा चढ़ रहा है आ गल्लां क्यों नहीं परचियां गईयां ये गल्लां क्यों क्योंकि यह कहा गया कि लीडर तो फिके हुए ने एदा मोक मारते ने एदा खिके लवड़ी मिलते ने ये लड़न वाली शक्ति नहीं ये गल ठीक है बुलाओ ਅਸੀਂ 75 ਸਾਲਾਂ ਦੇ ਹੋ ਗਏ ਅਸੀਂ ਤੁਹਾਡੇ ਨਾਲ ਨਹੀਂ ਲੜ ਸਕਦੇ ਸਾਡੇ ਤੋਂ ਜੋਸ਼ ਨਹੀਂ ਅਸੀਂ ਉਹ ਡਾਂਗ ਨਹੀਂ ਮਾਰ ਸਕਦੇ ਅਸੀਂ ਉਸ ਤਰ੍ਹਾਂ ਲੜਾਈ ਨਹੀਂ ਕਰ ਸਕਦੇ ਜਿਸ ਤਰ੍ਹਾਂ ਤੁਸੀਂ ਲੜਦੇ ਹੋ ਪਰ ਅਸੀਂ ਲੜਨਾ ਤਾਂ ਜਾਣਦੇ ਹਾਂ ਅਸੀਂ ਮਰਨਾ ਵੀ ਜਾਣਦੇ ਹਾਂ ਅਸੀਂ ਕੁਰਬਾਨ ਹੋਣਾ ਵੀ ਜਾਣਦੇ ਹਾਂ ਸਾਨੂੰ ਸਾਰਾ ਕੁਝ ਆਉਂਦਾ ਹੈ ਪਰ ਫਿਰ ਵੀ ਅਸੀਂ ਇਹ 27 ਤਰੀਕ 26 ਦੀ ਘਟਨਾ ਨੂੰ ਦੋ ਤਿੰਨ ਦਿਨਾਂ ਦੇ ਵਿੱਚ ਸੰਭਾਲ ਲਿਆ ਤੁਹਾਨੂੰ ਨਹੀਂ ਪਤਾ ਲੱਗਿਆ ਕਿ 26 ਤਰੀਕ ਦੀ ਘਟਨਾ ਦੇ ਨਾਲ ਹੋਇਆ ਕੀ ਹਰਿਆਣੇ ਦੇ ਕਿਸਾਨਾਂ ਦੇ ਵਿੱਚ ਰੋਸ ਆ ਗਿਆ ਹਰਿਆਣਾ ਮੁੜ ਗਿਆ ਅੱਛਾ ਫਿਰ ਤੁਸੀਂ ਇਹ ਕੰਮ ਕਰਨ ਆਏ ਸੀ ਇੱਥੇ ਆਹੀ ਕੰਮ ਸੀ ਤੁਹਾਡਾ ਵੀ ਤੁਸੀਂ ਕਾਲਸ਼ਾ ਦਾ ਝੰਡਾ ਚੜ੍ਹਨ ਵਾਸਤੇ ਆਉਣਾ ਸੀ ਤੁਹਾਡੇ ਕੋਲੇ ਪੂਰਨਾ ਦਿਨਾਂ ਦੀ ਗੱਲ ਨਹੀਂ ਹੈ ਬਹੁਤ ਗੁੱਸੇ ਬਹੁਤ ਮੁੜੇ ਬਹੁਤ ਆਨੇ ਮੈਨੇ ਸੁਣੇ ਚੁੱਪੀ ਵਾਲਿਆਂ ਦੇ ਵਿੱਚ ਰੋਸ ਸੀ ਪਰ ਦੋ ਦਿਨਾਂ ਦੇ ਵਿੱਚ ਇਹ ਸਾਰੀ ਗੱਲ ਨੱਕੀ ਹੋ ਗਈ ਚੁੱਪੀ ਵਾਲੇ ਵੀ ਪਤਾ ਲੱਗ ਗਿਆ ਹਰਿਆਣੇ ਵਾਲੇ ਵੀ ਪਤਾ ਲੱਗ ਗਿਆ ਦੋ ਦਿਨਾਂ ਦੇ ਵਿੱਚ ਸਾਰੀ ਦੀ ਸਾਰੀ ਘਟਨਾ ਵਾਪਸ ਤੁਹਾਡੀ ਪਿੱਛ ਤੇ ਆ ਗਈ ਬੀਜੇਪੀ ਦਾ ਪੱਤਾ ਕੁੱਟਦਾ ਤੁਸੀਂ ਇਹ ਫਿਰਕੂ ਪੱਤਾ ਕੁੱਟਣਾ ਪੜਦਾ ਸੀ ਇਹਦੀ ਖਾਤਰ ਆਪਾਂ ਨੇ ਉਹ ਕੋਲ ਨੂੰ ਕੋਸੇ ਨੀਚੇ ਫੇਰ ਲਿਆਂਦਾ ਸੰਯੁਕਤ ਮੋਰਚੇ ਨੇ ਫੈਸਲਾ ਕੀਤਾ ਕਿ ਜਿੰਨੇ ਜ਼ਿਲ੍ਹਿਆਂ ਦੇ ਵਿੱਚ ਬੰਦ ਨੇ ਉਹਦੀ ਲੀਗਲ ਕਮੇਟੀ ਬਣਾ ਕੇ ਉਹਨਾਂ ਨੂੰ ਜ਼ਿਲ੍ਹਾ ਚ ਛਡਾਉਣ ਦਾ ਫੈਸਲਾ ਕਰ ਲਿਆ ਉਹਨਾਂ ਦੀਆਂ ਲਿਸਟਾਂ ਮਿਲ ਗਈਆਂ ਵਕੀਲਾਂ ਦੀ ਡਿਊਟੀ ਲੱਗ ਗਈ ਉਹ ਸਾਰਾ ਕੁਝ ਅਸੀਂ ਕਰ ਰਹੇ ਹਾਂ ਕਿੰਨੇ ਬੰਦੇ ਛਡਾਏ ਹੋਏ ਪਰ ਹੋਇਆ ਕਿ ਉਹ ਫਿਰਕੂ ਪੱਤਾ ਚੱਲ ਗਿਆ ਬੀਜੇਪੀ ਚਾਹੁੰਦੀ ਕੀ ਬੀਜੇਪੀ ਚਾਹੁੰਦੀ ਸੀ ਕਿ ਮੈਂ ਖਾਲਿਸਤਾਨੀ ਕਿਹਾ ਸੀ ਇਹਨਾਂ ਨੂੰ ਇਹ ਖਾਲਿਸਤਾਨੀ ਸਾਬਤ ਹੋ ਗਏ ਮੈਂ ਨਕਸਲਵਾਦੀ ਕਿਹਾ ਸੀ ਇਹਨੂੰ ਇਹ ਨਕਸਲਵਾਦੀ ਸਾਬਤ ਹੋ ਗਏ ਇਹ ਕਾਨੂੰਨਾਂ ਦੀ ਖਾਤਰ ਨਹੀਂ ਆਏ ਇਹਦਾ ਖੜਦਲ ਬਚਾਉਣ ਆਏ ਨੇ ਇਹਦਾ ਹਿੰਸਾ ਕਰਨ ਆਏ ਨੇ ਤੁਸੀਂ ਕਹਿੰਦੇ ਸੀ ਵੀ ਹਿੰਸਕ ਨਹੀਂ ਇਹ ਤਾਂ ਸ਼ਾਂਤਮਈ ਪ੍ਰੋਗਰਾਮ ਕਰਨ ਆਏ ਨੇ ਪਰ ਹਿੰਸਕ ਬਣਾਉਣ ਦੀ ਕੋਸ਼ਿਸ਼ ਕੀਤੀ ਉਹ ਸਾਰੀ ਭਾਵੋ ਟੁੱਟੀ ਗਈ ਇਹ ਫਿਰਕੂ ਪਤਾ ਬਣਨ ਦਾ ਖੇਤ ਦੂਜੀ ਗੱਲ ਇਹ ਆ ਕਿ ਅਸੀਂ ਆਪਣੀ ਗੱਲ ਦੋ ਦਿਨਾਂ ਦੇ ਵਿੱਚ ਸਾਫ ਕਰਕੇ ਅਸੀਂ ਜਚਾਤੀ ਲੋਕਾਂ ਨੂੰ ਕਿ ਇਹ ਲੜਾਈ ਕਿਸੇ ਧਰਮ ਦੀ ਨਹੀਂ ਹੈ ਇਹ ਲੜਾਈ ਕਿਸੇ ਇੱਕ ਜਾਤ ਦੀ ਲੜਾਈ ਨਹੀਂ ਹੈ ਇਹ ਧਰਮ ਨਿਰਪੱਖ ਲੋਕਾਂ ਦੀ ਲੜਾਈ ਹੈ ਇਹ ਕਿੱਤੇ ਦੀ ਲੜਾਈ ਹੈ ਇਹ ਪੰਜਾਬ ਦੇ ਲੋਕਾਂ ਦੀ ਲੜਾਈ ਨਹੀਂ ਹੈ।
हिंदुस्तान के किसानों की लड़ाई है, यह कानून की लड़ाई है, यह कानून के खिलाफ की हुई लड़ाई है। इस करके धरनी लग देने की कोशिश ना की जाए, यह असि बहुत मौज नाल की है। पर तुहानू इस गल का पता है, जिस दिन आप संघर्ष छेड़ा सी तुहानू दस्सा सी कि भरावो यह लड़ाई मोदी नाल नहीं है, यह लड़ाई विश्व व्यापार संस्था नाल है, यह डब्ल्यू पी दी नीतियां नाल लड़ाई है, यह छोटी लड़ाई नहीं है, हाकां की लड़ाई नहीं है, यह महीनों की लड़ाई भी नहीं है। विश्व व्यापार संस्था दी नीतियां नाल मूं मूं बोलना है, पिछे व्यापार संस्था दिया नीतियां नूं पिछे मोड़ने खातर कली मोदी की बांह मरोड़े तो नहीं सकना। मोदी के नाल नाल इहदी धमकी दूजे मुल्कां दे विच पैनी चाहीदी है। उह साम्राज्य मुल्क जिहड़े मोदी सरकार की बांह मरोड़दे ने, जिन्हें 1905 विच नरसे महाराज नूं सैर करके मजबूर किया, उत्थे भी इहदी धमक पैनी चाहीदी है। बारे बारे जाइए बहादुरों सुने, वह बारे बारे जाइए पाग वाले सरदारों, वह बारे बारे जाइए मिले बसंती दुनिया वाली भैनों, तुसी ने धर्म विदेशों के भी पा दी, विदेशों के बजारे हो गए, साम्राज्य मुल्क बजारे हो गए, कनेडा की पार्लीमेंट के गल चल आ गई, अमरीका की पार्लीमेंट यूरोपी पार्लीमेंट के गल चल आ गई। सोडे संघर्ष ने बहुत दूर तक अपनी गल पहुंचा दी। इस करके मेरे दोस्तों इन्हों कानूनों जिथे गल कह रहे हैं मोदी साहब, मोदी के तोमर कहते ने, अरे भाई हमें जे तो बता दो इन कानूनों में काला क्या है, वह भड़िया जहान दिया एदा सारे ने सारे काले ने, इन्होंने ऐसा दस दे भी रही कि चिट्टा की है, ए चिट्टी गुजरी ए सारा काले का काला। अज का बयान है मोदी का, कहना कानून बहुत अच्छे ने, मैं लोगों के फायदे कर रहे हैं, पर लोग गुमराह हुए हुए हैं। आ जिहड़ा लखां दा कट बैठा है, ए भरावो गुमराह आया होया है, इनू गुमराह करके लैंदा सी, क्योंकि असी पेंशनां मंगदियां ने, क्योंकि असी नौकरियां मंगदियां ने, क्योंकि स्टेजां तों सुटदा वादा करना कि जदों साडी सत्ता ते आ गए सी कर्जा माफ कर दांगे, कि यह जहां कुछ करके तो नहीं सुनना लगा, आ गल करके तो नहीं सुनी लगा। अज तक थोनू इस गल करके लगा कि लड़ाई का मैदान भखया होया, दिल्ली का मोर्चा लग्या होया, हाड़ी की रुत आ रही है, मोर्चा लम्मा चलूगा, सरकार अड़ी हुई है, पहलवान जगया होया, पहलवान चित करना बाकी है, थोड़ी जी तक नहीं बोल दो। पहला भाई मैं सुनो ए पुछदा, आपां जिते पहली बार यह अंदोलन छेड़े, आपां सुनो पुछया सी ना भी हंकारे हुए पहलवान नाल टक्कर है, उस पहलवान नाल टक्कर है जिहदा कोई सानी नहीं, जिहदा कहा जाता है कि मोदी है तो मुमकिन है, 56 इंच की छाती वाले ने जो फैसला करता वह वापस नहीं होता, पर जो मथा लगे मथा पंजाबियों नाल, मथा पवन सेना नाल, मथा उस पंजाब के पहलवान ला गया जिन्हें खाड़े फिरदे पहलवान की घोड़ी का कंजाला हाथ च फड़ के चैलेंज किया, उत्तर देखा मैं तेरे नाल दोहरा, उस दिन का फैसला किया मोदी जित गया। आप कह रहे हैं ना 2 मिनट की कार की दूरी है बात करने, 2 मिनट की दूरी आज किमें होगी, ना नोटबंदी वेले हुई, ना GST वेले बंद हुई, ना NCR वेले हुई, ना धारा 370 लाई है उदो हुई, ना जब 3 तलाकों का कानून पास किया उदो, अज फिर क्यों होगी भाई 2 मिनट की दूरी से गलबात।
आज दो मिनट की दूरी से गलबात किन्हें करवाई? आसरा वाले किसी ने करवाई है भाई, अड़खा वाले किसी ने करवाई। दुनिया के बच्चों का हल पैदा करती पस्तार है मोदी, पस्तार है। ते राज्यवाल साहब नु कह रहे हैं कि राज्यवाल साहब इसमें इतनी अमेंडमेंट करवा दो कि जे कानून काम की ना रहे। दूजी गल की कह रहे हैं, कहना रपील का शब्द कर दो, रद्द ना कहो, जो मर्जी करवा लो कला रद्द ना। फिर असं कहना भी रद्द नहीं, कहते भाई ये तेरे कानून काम दे नहीं, इन्होंने चुल्हे से डाल दो। हम तो नहीं रद्द, रद्द तो नहीं कहा। इस करके जी यह सरकार है, यह सरकार बहुत चालबाज है, यह बहुत चलाक है। सोडे च गल चल ने अक्सर जी अगर नहीं की भरावो, सोडे च गल चल कि जथेबंदियां पाट गईं, जथेबंदियां खिंड गईं, संयुक्त मोर्चा टुट गया, फलाना आए कहना चमकाना आए कहें। आ सारिया जथेबंदियां सोडे सामने बैठ, आ सारा संयुक्त मोर्चा सोडे सामने, सारा पंजाब एक जुटा है। असीं 40-45 जथेबंदियां पंजाब दियां, सारिया जथेबंदियां अड्डो अड्डा, इहदे च कोई रौला नहीं। असीं अज भी अड्डा ते कल भी अड्डा, पर असीं कानूनों के मसले से एक। एक मैं तुहानू पुछना चाहना भरावो, जिहड़े दो सके भरा ने जे वो आप च कदे बोलदे ना हुण, घर दा घर ना होवे, जमीन दा ना होवे, वह कट्ठे कदों हुंदे हुंदे ने? जदों दूजे सके भरा ते दुश्मन हमला करदे, वो भी देखदे कि साडा जमीन दा रौला। असीं इस करके कट्ठे आ कि साडे बच्चे दी राज राज दी वी रोटी जांदी है, रोटू दी वी जांदी है, कलवाक दी वी जांदी है, मेरी साडे बच्चों की रोटी का सवाल, साडे भविख का सवाल, साडी विरासत का सवाल है। असीं जथेबंदियां रख कड होईए, सारिया दिया सारिया जथेबंदियां कलिया पंजाब दिया, हिंदुस्तान दिया जथेबंदियां इस गल ते इक मुठ ते इक जुट दे कि कानून रद्द कराउण तक डरदे रहो। इहदे कोई कोई बखरेवा नहीं। हां यह गल कही जा रही है, एक जीओ चैनल का इन्हां ने फड़िया पिछे बंदा, उहने जाके एक दिन खाली पंडाल, पंडाल की फोटो लै ली, कहिंदा आ देखो जी जथेबंदियां दा हाजा हाल है, आ माड़ा हाल है, पंडाल दे विच कोई बंदा नहीं रहा। वह फोटो वायरल कर रहा है, वह कहते जी इन्ना माड़ा हाल है सिंधू पार्टी से, का कहते भी उसे कोई बंदा ही नहीं रहा, अदा कट्ठी तुर गया, जिथे ट्रालियां खड़िया सी दो चार दिन दिन पहला हिल इधर उधर पा दी, वह ट्रालिया ने फोटो लै लिया। उदू बाद असं सिंधू पार्टी गए एक मीटिंग वास्ते, जदों असं कट्ठ का काफिला देखा, वह काफिला तो उदू भी वध्या होया सी, किते शिद्दत दिखी, यानी वह इन्नी चलाकी कर रहे हैं। जे कोई भला अपने जान तो बाद आ बरनाले के पंडाल की फोटो लैके वायरल कर दे कि बरनाले के कट का जलूस नहीं कटा, सारा पंडाल खाली पै, तुसी जिहड़े देख के भावें सच मान लो नहीं ना मानते। आ जिहड़े लोग उत्थे अंदोलन चला रहे हैं, इन्हां नूं पता नहीं लग्या भी साडे सिंधू पाट लाए सारे साथी बात बोल के इत्थे कले रहे गए। हां यह गल ठीक है, जिदे साडा कट घट गया, जिदे मोर्चे दे विच कोई कमजोरी आई, जिदे मोर्चे दे विच कोई कमी पेशी आई, जिदे राशन रूशन की सप्लाई सुडी घटी, जिदे सुडी समर्था साडे अंदोलन की हमायत करन की समर्था सुडी घटी, असी झोली लैके तुहाडे कोल आवांगे मित्रों। आए कहांगे भी झोलियां खाली ने, फंड मुक गया, पानी नहीं हैगा, राशन नहीं, मच्छर खांदा बीमार, कपड़े कुपड़े है नहीं, भाई साडी फसल भी खराब होगी। ਓਏ ਸਾਨੂੰ ਭਰੋਸਾ ਕਰਾਵੋ, ਤੁਸੀਂ ਸਾਡੀਆਂ ਝੋਲੀਆਂ ਭਰ ਦੋਗੇ, ਝੋਲੀਆਂ ਸਾਨੂੰ ਇਸ ਗੱਲ ਦਾ ਭਰੋਸਾ, ਉਹ ਜੇ ਜ਼ਿੰਦਗੀ ਵੀ ਲੱਗ ਜੇ ਸਾਨੂੰ ਇਹ ਮਹਿੰਗੀ ਨਹੀਂ ਪਈ। ਇਹ ਜਿਹੜਾ ਵੀ ਗੱਲ ਕਰਦੇ ਨੇ, ਇਹ ਕੇਸਾਂ ਦੀ ਗੱਲ ਕਰਦੇ ਨੇ, ਇਹ ਕਾਨੂੰਨਾਂ ਦੀ ਗੱਲ ਕਰਦੇ ਨੇ, ਅਸੀਂ ਜ਼ਿੰਦਗੀ ਵੀ ਲਾ ਕੇ ਤਾਂ ਵੀ ਸਸਤੀ ਆ ਤੁਹਾਡੇ ਘਰ ਦਿੱਤਾ, ਜ਼ਿੰਦਗੀ ਲਾਉਣੀ ਕਿਹੜੀਆਂ ਗੱਲਾਂ ਕਰਦੇ ਨੇ? ਕਹਿੰਦੇ ਨੇ ਇੱਕ ਦਿਨ ਮੈਂ ਕੱਲ ਚੰਡੀਗੜ੍ਹ ਬੋਲ ਕੇ ਆਇਆ, कह रहे ने कहते चंडीगढ़ बोल के आया। एक चाइना वाला मेनु सवाल करता है, कहना अब्राहम साहब तुम चंडीगढ़ की स्टेज तो बोले हो कि आ बैठा रोडू, इन हाथ ला के दिखाओ,
ਤੁਸੀਂ ਤਾਂ ਜਿੰਨੀ ਵੀ ਪੁਲਿਸ ਨੂੰ ਚਾਰਜ ਕੀਤਾ ਮੈਂ ਤਾਂ ਅੱਜ ਵੀ ਕਹਿੰਦਾ ਵੀ ਆ ਬੈਠਾ ਹੂੰ ਹੱਥ ਲੱਗਦਾ ਐਸੇ ਨੂੰ ਕਿਸੇ ਕੋਲ ਇਹ ਬਾਈ ਮੈਂ ਕਿਹਦੇ ਸਿਰ ਤੇ ਬੋਲਦਾ ਨਾ ਇਹ ਕਿਹੜੀ ਧਰਮ ਦੇ ਸਿਰ ਤੇ ਬੋਲਦਾ ਨਾ ਮੈਂ ਮੈਂਬਰ ਆ ਨਾ ਪੰਚਾਇਤ ਮੈਂਬਰ ਆ ਨਾ ਮੈਂ ਸਰਕਾਰ ਦਾ ਕੋਈ ਡਾਕਟਰ ਨਾ ਮੈਂ ਪੁਲਿਸ ਅਫਸਰ ਇਹ ਤੁਹਾਡੇ ਸਿਰ ਤੇ ਜਿਵੇਂ ਲਾਜੇਵਾਲ ਸਾਹਿਬ ਨੇ ਕਿਹਾ ਕਿ ਤੁਹਾਨੂੰ ਕੋਈ ਨੋਟਿਸ ਲਾ ਦੇ ਕਿਸੇ ਨੂੰ ਵੀ ਉਹਦੀ ਜੁਗਲ ਚ ਪਾ ਦਿਓ ਨੋਟਿਸ ਨੂੰ ਜੁਗਲ ਚ ਪਾ ਦਿਓ ਦਿੱਲੀ ਦੀ ਪੁਲਿਸ ਜਾਂ ਤੁਹਾਡੇ ਪਿੰਡ ਦੀ ਸਾਥੀ ਚ ਮਰ ਜਾਓ ਮੈਨੂੰ ਜੁਗਲ ਦੇ ਲੋਕ ਹਾਂ ਕਹਿੰਦੇ ਨਾ ਬੁਲਾਓ ਐਲਾਨ ਕਰ ਦਿਓ ਕਿ ਜੇ ਕੋਈ ਵੀ ਪੁਲਿਸ ਪੰਜਾਬ ਦੀ ਹੋਵੇ ਚਾਹੇ ਦਿੱਲੀ ਦੀ ਹੋਵੇ ਸਾਡੇ ਪਿੰਡ ਚ ਨਹੀਂ ਬਣਦੀ ਬਣੀ ਮੇਰੇ ਯਾਦ ਹੈ ਕਿ ਚੰਨਾ ਵਾਲੇ ਬੈਠੇ ਹੋਏ ਚੰਨਾ ਵਾਲੇ ਭਰਾ ਬੈਠੇ ਹੋਣੇ ਮੇਰੇ ਯਾਦ ਹੈ 2006 ਦੀ ਯਾਦ ਹੈ ਮੇਰੇ ਮਾਰਚ ਦੀ ਮਾਰਚ ਮਹੀਨੇ ਦੀ ਗੱਲ ਯਾਦ ਹੈ 6 ਮਾਰਚ ਦਾ ਦਿਨ ਸੀ 2006 ਦੇ ਵਿੱਚ ਮੇਰੇ ਘਰੇ ਸਾਪਾ ਪੈ ਗਿਆ ਪੁੱਤ ਨੇ ਕਿਹੜਾ ਪਾਪੇ ਫੜ ਲਿਆ ਪਰ ਜਦੋਂ ਮੈਂ ਪਿੰਡ ਤੋਂ ਬਾਹਰ ਨਿਕਲਿਆ ਪਿੰਡ ਦੇ ਵਿੱਚ ਨਹੀਂ ਗਿਆ ਮੈਨੂੰ ਗੁਰਦੁਆਰੇ ਮੱਥਾ ਟੇਕਣ ਲੋਕ ਲੈ ਕੇ ਗਏ ਤੇ ਗੁਰਦੁਆਰੇ ਵਿੱਚ ਪੁਲਿਸ ਨਹੀਂ ਬਣ ਦਿੱਤੀ ਪੁਲਿਸ ਦੀ ਹਾਜ਼ਰੀ ਦੇ ਵਿੱਚ ਲੋਕਾਂ ਨੇ ਮੈਨੂੰ ਬਾਹਰ ਕੱਢਤਾ ਤੇ ਮੈਨੂੰ ਪੁਲਿਸ ਨੇ ਤੱਕ ਨਹੀਂ ਪੜਿਆ ਤੁਹਾਨੂੰ ਕਿਹੜਾ ਮਾਇਦਾ ਲੱਗਦਾ ਕਿਹੜਾ ਮਾਇਦਾ ਲੱਗਦਾ ਜੀ ਤੁਸੀਂ ਇਸ ਕਰਕੇ ਅਸੀਂ ਇਹ ਨਹੀਂ ਵੀ ਅਸੀਂ ਕੋਈ ਗੁੰਡੇ ਆ ਅਸੀਂ ਕੋਈ ਬਦਮਾਸ਼ ਆ ਅਸੀਂ ਕੋਈ ਡਾਕਾ ਮਾਰਿਆ ਆ ਲਾਜੇਵਾਲ ਸਾਹਿਬ ਦੀ ਉਮਰ ਕਰੀ ਦੇਖੋ ਬਈ ਇਹ ਡਾਕੇ ਦਾ ਪਰਚਾ ਪਿਆ ਇਹ ਡਾਕੇ ਮਾਰਨ ਵਾਲਾ ਮੁੰਡਾ ਇਹ ਡਾਕੇ ਮਾਰਨ ਲੋਕੇ ਆਹੀ ਉਮਰ ਨਹੀਂ ਮੈਂ ਇਹਦੀ ਡਾਕੇ ਮਾਰ ਲੂ ਇਸ ਤਰ੍ਹਾਂ ਦੇ ਇਸ ਝੂਠੀ ਤੇ ਬ੍ਰੈਂਡੀ ਹਕੂਮਤ ਹੈ ਇਹ ਹਕੂਮਤ ਫਿਰਕਾ ਪ੍ਰਸ ਬਲਸ਼ੀਵਾਦੀ ਹਕੂਮਤ ਹੈ ਇਹਦੇ ਸਰਦਾਰ ਬਹੁਤ ਮਾੜਾ ਹੈ ਇਹਨੂੰ ਅੱਜ ਤੱਕ ਕੋਈ ਟੱਕਰਿਆ ਨਹੀਂ ਸੀ ਇਸ ਕਰਕੇ ਤੁਸੀਂ ਟੱਕਰੇ ਹੋ ਤੁਸੀਂ ਟੱਕਰ ਦਿੱਤੀ ਹੈ ਬਹੁਤ ਵਧੀਆ ਤੁਹਾਡੇ ਬਾਰੇ ਬਾਰੇ ਜਿਹੇ ਜਿਹੇ ਸਲਾਮ ਤੁਹਾਨੂੰ ਸਲਾਮ ਇਸ ਗੱਲ ਦੀ ਤੁਹਾਨੂੰ ਸਲਾਮ ਇਸ ਗੱਲ ਦੀ ਵੀ ਹੈ ਕੋਈ ਤੁਹਾਡੇ ਵਿੱਚ ਝੂਠ ਬੈਠਾ ਬਹੁਤ ਸਾਰਾ ਝੂਠ ਮੈਂ ਹੈਰਾਨ ਹਾਂ ਮੈਂ ਹਰੇਕ ਸਟੇਟ ਤੋਂ ਬੋਲਦਾ ਹਾਂ ਇੱਕ ਦਿਨ ਰਾਤ ਨੂੰ ਟਿਕੜੀ ਦੇ ਵਿੱਚ ਅਸੀਂ ਰਾਤ ਨੂੰ ਦੌਰਾ ਕੀਤਾ ਮੈਂ ਨਾਲ ਮੇਰੇ ਅਨੂਪ ਛੰਨਾ ਸੀ ਮੈਂ ਇਹਨੂੰ ਕਿਹਾ ਵੀ ਅੱਜ ਆਪਾਂ ਬੰਦੇ ਦੇਖਦੇ ਨੇ ਵੀ ਦਾਰੂ ਵਾਲੇ ਕਿੰਨੇ ਨੇ ਜੈਕਾਂ ਕਿੰਨੇ ਵਜਾਉਂਦੇ ਨੇ ਭੰਗੜੇ ਕਿੰਨੇ ਪਾਉਂਦੇ ਫਿਰਦੇ ਨੇ ਦੇਖਣਾ ਤੇ ਮਾਈਆਂ ਨੂੰ ਪੁੱਛਣਾ ਵੀ ਤੁਹਾਨੂੰ ਦਾਰੂ ਵਾਲਾ ਕੋਈ ਕੰਮ ਤਾਂ ਨਹੀਂ ਕਰਦਾ ਜਦੋਂ ਅਸੀਂ ਪੰਡਾਲ ਦੇ ਵਿੱਚ ਨਹੀਂ ਲੰਘੇ ਆ ਸਾਨੂੰ ਜਿੰਨੇ ਨੌਜਵਾਨ ਗੱਭਰੂ ਮਿਲੇ ਬਾਈ ਕਿਸੇ ਦੀ ਗੱਲ ਕੀਤੀ ਨਹੀਂ ਮੇਰੀ ਉਮਰ ਦਾ ਤਾਂ ਬਾਈ ਕਰੀਬ ਦਾ ਸੀ ਟੈਕ ਲਾਈ ਇੱਕ ਭਾਈ ਵੀ ਨਹੀਂ ਮੇਰੀ ਉਮਰ ਵਾਲੇ ਤਾਂ ਪੀਂਦੇ ਸੀ ਉਹਨਾਂ ਦੀਆਂ ਪੁਰਾਣੀਆਂ ਆਦਤਾਂ ਦੇ ਪਰ ਖੁਸ਼ੀ ਇਹ ਹੋਈ ਵੀ ਸਾਨੂੰ ਪੰਡਾਲ ਦੇ ਵਿੱਚ ਕੋਈ ਬੱਚਾ ਮੁੰਡਾ ਦਾਰੂ ਵਾਲਾ ਨਹੀਂ ਮਿਲਿਆ ਪਰ ਸਾਨੂੰ ਖੁਸ਼ੀ ਇਸ ਗੱਲ ਦੀ ਹੋਈ ਕਿ 3 ਮਹੀਨਿਆਂ ਦੇ ਵਿੱਚ ਅਸੀਂ ਕ੍ਰੈਸ਼ ਦੀ ਕੋਈ ਕਾਲੀ ਬੋਤਲ ਤੇ ਪਈ ਨਹੀਂ ਦੇਖੀ ਅਸੀਂ 3 ਮਹੀਨਿਆਂ ਦੇ ਵਿੱਚ ਕੋਈ ਚੁੱਕੀ ਵਾਲਾ ਮੁੰਡਾ ਨਸ਼ੇ ਨਾਲ ਡਿੱਗਿਆ ਪਿਆ ਨਹੀਂ ਦੇਖਿਆ ਅਸੀਂ 3 ਮਹੀਨਿਆਂ ਦੇ ਵਿੱਚ ਸਾਡੇ ਕੋਲੇ ਇੱਕ ਵੀ ਨਿਸ਼ਾਨੀ ਆਈ ਕਿ ਉਹ ਮੁੰਡਾ ਨਸ਼ਾ ਕਰਦੇ ਸਮੇਂ ਅਸੀਂ ਵਿੱਚ ਚਿੱਟਾ ਮੱਚੀ ਸ਼ੁਰੂ ਹੋ ਗਿਆ ਪਰ ਅਫਸੋਸ ਸਾਨੂੰ ਉਦੋਂ ਹੁੰਦਾ ਜਦੋਂ ਸਾਡੇ 200 ਬੰਦੇ ਸ਼ਹੀਦ ਹੋ ਗਏ ਸਾਡੇ 200 ਬੰਦਿਆਂ ਦੇ ਵਿੱਚ ਸ਼ਹੀਦ ਹੁੰਦਾ ਇੱਕ 17 ਸਾਲ ਦਾ ਮੁੰਡਾ ਚਾਹ ਕੀ ਤਰ੍ਹਾਂ ਦਾ ਮੁੰਡਾ ਸ਼ਹੀਦ ਹੁੰਦਾ ਕਲਾਪਾ ਉਹ ਸ਼ਹੀਦ ਹੁੰਦਾ ਜਦੋਂ ਆਹ ਮਾੜੀ ਸਰਕਾਰ ਦੇ ਮੂੰਹ ਤੋਂ ਇੱਕ ਦਿਨ ਵੀ ਨਿਕਲਿਆ ਹੋਵੇ ਕਿ ਕਿਸਾਨ ਅੰਦੋਲਨ ਦੇ ਵਿੱਚ 214 ਬੰਦੇ ਸ਼ਹੀਦ ਹੋ ਗਏ ਕਦੇ ਐ ਨਿਕਲਿਆ ਹੋਵੇ ਵੀ ਬਹੁਤ ਮਾੜੀ ਗੱਲ ਅਸੀਂ ਦੁਸ਼ਮਣ ਦਾ ਬੱਚਾ ਮਰ ਜਾਵੇ ਤਾਂ ਵੀ ਜਾ ਕੇ ਘਰੇ ਜਾ ਕੇ ਬੈਠ ਓਏ ਅਸੀਂ ਤੁਹਾਡੇ ਦੁਸ਼ਮਣ ਦਾ ਨਹੀਂ ਆ ਕਿਸਾਨ ਤੁਹਾਡੇ ਦੁਸ਼ਮਣ ਦਾ ਨਹੀਂ ਬਹੁਤ ਬੇਸ਼ਰਮੀ ਨਾਲ ਕਹਿ ਰਿਹਾ ਤੁਮਰ ਕਿਸਾਨੂੰ ਕਦੇ ਕਿਸਾਨਾਂ ਦੇ ਇਹਨਾਂ ਦੀ ਦ੍ਰਿਸ਼ਟੀ ਹੁੰਦੀ ਆ ਬੈਠਾ ਰਾਜੇਵਾਲ ਸਾਹਿਬ ਨੇ ਜਦੋਂ ਉਹਨਾਂ ਨੇ ਕਿਹਾ ਗੱਲ ਛੇੜਨ ਲੱਗੀ ਮੀਟਿੰਗ ਦੇ ਵਿੱਚ ਗੱਲ ਛੇੜਨ ਲੱਗੇ ਤਾਂ ਰਾਜੇਵਾਲ ਸਾਹਿਬ ਨੇ ਕਿਹਾ ਵੀ 2 ਮਿੰਟ ਦਾ ਸਾਡੇ ਬਹੁਤ ਸ਼ਹੀਦਾਂ ਨੂੰ ਜਿਹਨਾਂ ਨੂੰ ਸ਼ਰਧਾਂਜਲੀ ਤਾਂ ਦੇ ਦਿਓ ਜਿਹੜੇ ਕੋਈ ਸ਼ਹੀਦ ਹੋ ਗਏ ਬੇਸ਼ਰਮੀ ਭਰੇ ਖੜਾ ਹੋਣਾ ਪੈ ਗਿਆ ਖੜਾ ਹੋਣਾ ਪੈ ਗਿਆ 1 ਮਿੰਟ ਵਾਸਤੇ ਸਾਡੇ ਨਾਲ ਕੋਈ ਹੁੰਦਾ ਨਹੀਂ ਜਿਹੜੀ 10-17 ਸਾਲ ਦੇ ਹੁੰਦੇ ਨੇ ਜਦੋਂ ਘਰਾਂ 'ਚ ਜਾਂਦੀਆਂ ਨੇ ਉਦੋਂ ਜਿਹੜਾ ਨਾਲ ਰਾਸ਼ਨ ਲੈ ਕੇ ਜਿਹੜਾ ਉਹਦੀ ਰਾਸ਼ਨ ਸੂਰ ਉਹਦੇ ਨਾਲ ਲੈ ਕੇ ਜਦੋਂ ਬਾਪੂ ਦੇ ਘਰ ਦੇ ਵਿੱਚ ਲਾਸ਼ ਜਾਂਦੀ ਹੈ ਤਾਂ ਉਹਦਾ ਸੱਚਾ ਦੇਖਣਾ ਇਸ ਤਰ੍ਹਾਂ ਦੇ ਹਾਲਾਤ ਵਾਪਰੇ ਇਸ ਤਰ੍ਹਾਂ ਦੇ ਹਾਲਾਤ ਵਾਪਰੇ ਨੇ ਵੀ ਮਿਸਤਰੀ ਇੱਕ ਧਨਾ ਮੇਰਾ ਉੱਥੇ ਮਿਸਤਰੀ ਵੀ ਨਹੀਂ ਸੀ ਉਹ ਲਾਲਾ ਸੀ ਦੁਕਾਨ ਕਰਦਾ ਸੀ ਮਿਸਤਰੀ ਨਾਲ ਗਿਆ ਰਾਤ ਨੂੰ ਗੱਡੀ ਦੇ ਵਿੱਚ ਵੱਜ ਕੇ ਸ਼ਹੀਦ ਹੋ ਗਿਆ ਸਾਰੇ ਦਾ ਸਾਰਾ ਸਰੀਰ ਕਈਆਂ ਜਾਂ ਬਾਤ ਆਪਾਂ ਦੇਖਣੀ ਆਪਣੀ ਪਰ ਸਰਕਾਰ ਨੂੰ ਕੋਈ ਮਤ ਨਹੀਂ ਤੁਸੀਂ ਮਰੋ ਖਪੋ ਡਿੱਗੋ ਕਰੋ ਸਰਕਾਰ ਨੂੰ ਕੋਈ ਮਤ ਨਹੀਂ ਇਹ ਤੁਹਾਡੀ ਸਰਕਾਰ ਸਕੂਨੀ ਹੈ ਦੋਸਤੋ ਇਹ ਫਾਂਸੀ ਬੰਦੀ ਹਕੂਮਤ
कारपोरेट घराने के फायदे की गल कर दी है, कारपोरेट घराने के भले की गल कर दी है। इन्हें खिलाफ लड़ना पैना, जूझना पैना, खड़ना पैना, फैसला करना पैना कि जिन्ना चिर यह जंग नहीं दिखती जाती, यह जंग भी जिता दे एक अगली जंग है, एक दूसरी बड़ी जंग है, वह जंग के हिस्सा भी पावे, तो जंग में जित तक मिलेगी। इस करके मैं थोड़े तो याद रहा भी तुम इस अंदोलन के जिमें गज बज के आए हाई रूप के इसी तरह गज बज गया। हम मैं दो तीन प्रोग्राम का ऐलान करना, मैं सुखवास करता भी तुम यह दो तीन प्रोग्राम बड़ी सिदक के नाम लागू करोगे। जे तीन प्रोग्राम ने आने वाले समय के आप देन जा रहे हैं, एक हैगा 30 फरवरी का चाचा अजीत सिंह का दिहाड़ा, वो जन्मदिन है 23 फरवरी। 23 फरवरी वाले दिन संयुक्त मोर्चे का फैसला है भी चाचा अजीत सिंह का जन्मदिन जिहड़ियां साडियां स्टेजां लगणगियां पंजाब च चलदियां ने उहनां ते, जिहड़ियां दिल्ली चलदियां ने उहनां ते चाचा अजीत सिंह का जन्मदिन मनाउणा। दूजा साडी जथेबंदी ने फैसला कीता, असीं मीटिंग दे विच वी रखी सी गल कि 27 फरवरी वाले दिन आपां सारिआं ने दिल्ली जाणा है, एक छुट्टी होर मारनी है, दिल्ली के विच वड्डा इकट्ठ करना, उहदी तुसीं तैयारी होर तों ही कर लो कि एक दिन वास्ते जां 26 जां 27 लग जावे जां 27 ते 28 लग जावे। 27 नूं इत्थे हाजिर होना है, किसे वेले करो 27 तरीक नूं दिल्ली वल मुहारा कट्टो। अगला प्रोग्राम है 8 मार्च का औरत दिवस है। औरत दिवस आपां हर साल मनाउंदे आं, इस साल अपनी स्कीम है भी औरत दिवस आपां दिल्ली दे विच मनाईए। दिल्ली दे विच असीं चाहुंदे आं भी 8 मार्च नूं कलियां भैणां दे काफले दिल्ली वल रवाना होण ते असीं दिल्ली दे विच औरत दिवस मनाईए। असीं इह सदे संयुक्त मोर्चे दी हथां दे ते उहनां नूं भी अपील करांगे भी इह सदे लागू कीते जाण। पास हो गया कहते संयुक्त मोर्चे वालों भी। इस करके भरावो यह प्रोग्राम इस तरह लागू करना है, लास्ट के विच जाते जाते सुन लो, जाते जाते भाई एक मिनट खड़ के सुन लो, एक मिनट की गल मुकती है, नहीं नहीं छड़ कोई नहीं उड़ी होंगे ने आप जो यह जैसे आप गए। इस करके भरावो सुन लो मेरी गल, कट्ठ बड़ा हुण तक तुसीं आए हो सुख साध नाल इत्थे पहुंचे हो, मैं इस गल की बधाई देना। पर मैं सुनो एक गल कहनी कहना, मुड़दे वेले कोई बस ठेके च ना होवे, कोई भी ड्राइवर शराबी ना होवे, कोई कहा ना करे दूजे नूं कट्टण दी, सुख साध नाल करे जावे, इसे अपनी जित है। थोड़ा बहुत बहुत धन्यवाद।